अगर आपने हमारे चैनल को सब्सक्राइब नहीं किया है तो इसे सब्सक्राइब कर लें। दिल्ली सरकार की तर्ज पर गिद्दड़बाहा ई रिक्शा ने भी पंजाब सरकार से मांगी आर्थिक सहायता। कोरोना महामारी दौरान पंजाब अंदर जारी कर्फ्यू और लॉकडाउन के चलते इलाके के ई रिक्शा वालों का कामकाज पूरी तरह से ठप रहा है, जिसके चलते पिछले करीब 3-4 माह से इलाके अंदर ई रिक्शा नहीं चलने की वजह से चालकों को खासी दिक्कतों का सामना करना पड़ा। चूँकि दूसरी ओर दिल्ली सरकार की ओर से वहाँ पर ई रिक्शा चालकों के बैंक खातों में पैसे डालने की बात करते हुए गिद्दड़बाहा के ई रिक्शा यूनियन ने भी पंजाब सरकार से उनको मुआवजा देने की मांग की है। उनके अनुसार इस दौरान जहां प्रशासन की ओर से ई रिक्शा चलाने से रोके रखा, वहीं दूसरी ओर उनको किसी तरह का राशन तक मुहैया नहीं करवाया गया था, जबकि उनको ई रिक्शा की किस्तें भरने में खासी परेशानी उठानी पड़ रही है। ਸਾਡੀਆਂ ਕੁਛ ਮੰਗਾਂ ਇਸ ਤਰ੍ਹਾਂ ਵੀ ਜਿਵੇਂ ਹੁਣ ਲਾਕਡਾਊਨ ਰਿਹਾ 3-4 ਮਹੀਨੇ, ਉਹਦੇ ਵਿੱਚ ਸਾਡੀਆਂ ਗੱਡੀਆਂ ਬੰਦ ਰਹੀਆਂ, ਸਾਨੂੰ ਪ੍ਰਸ਼ਾਸਨ ਗੱਡੀ ਚਲਾਉਣ ਨਹੀਂ ਦਿੰਦਾ ਸੀਗਾ ਜਦੋਂ ਕੋਈ ਮਜ਼ਬੂਰੀਆਂ ਨੇ ਦੱਸੀਆਂ, ਤੇ ਜਿਹਦੇ 'ਚ ਸਾਨੂੰ ਪਤਾ ਲੱਗਿਆ ਵੀ ਜਿਵੇਂ ਦਿੱਲੀ ਸਰਕਾਰ ਨੇ ਆਪਦੇ ਈ ਰਿਕਸ਼ਾ ਦੇ ਮਤਲਬ ਜੋ ਚਲਾਉਣ ਸੀ ਚਲਾਉਣ ਵਾਲੇ ਸੀ ਉਹਨਾਂ ਦੇ ਖਾਤੇ 'ਚ ਪੈਸੇ ਪਾਏ ਆ। ਅਸੀਂ ਵੀ ਸਰਕਾਰ ਨੂੰ ਇਹ ਬੇਨਤੀ ਕਰਦੇ ਹਾਂ ਵੀ ਇਹ 3-4 ਮਹੀਨੇ ਦਾ ਜੋ ਬਣਦਾ ਸਾਡਾ ਕੋਈ ਭਗਤਾ ਸਾਡੇ ਵੀ ਖਾਤਿਆਂ 'ਚ ਪਾਏ ਜਾਣ, ਅਤੇ ਤਾਂ ਕਿ ਜਿਹੜੇ ਸਾਡੇ ਲੋਕ ਆ ਅਸੀਂ ਆ ਜਿਨ੍ਹਾਂ ਦੇ ਬੱਚੇ ਗਰੀਬੀ ਦੇ ਵਿੱਚ ਕਾਫੀ ਮਾਰ ਖਾ ਚੁੱਕੇ ਆ, ਵੀ ਆਪਦਾ ਮਾੜਾ ਮੋਟਾ ਕੋਈ ਜਿਸ ਤਰ੍ਹਾਂ ਕੋਈ ਘਰ ਦਾ ਕੋਈ ਖਰਚਾ ਬਣਾ ਹੈਗਾ ਉਹਦਾ ਸਹੀ ਚਲਾ ਸਕਦਾ। ਸਾਡੇ ਇਸ ਲਈ ਸਾਡੀ ਬੇਨਤੀ ਆ ਵੀ ਇਹ ਸਾਡੀ ਮਤਲਬ ਗੱਲ ਸਰਕਾਰ ਤੱਕ ਪਹੁੰਚਾਈ ਜਾਵੇ। ਦਰਬਾਰ ਦੇ ਲੋਕ ਰਹਿਣ ਵਾਲੇ ਸਾਨੂੰ ਕੋਈ ਵੀ ਸਹੂਲਤ ਨਹੀਂ ਮਿਲੀ, ਨਾ ਸਾਨੂੰ ਕੋਈ ਡਾਕਟਰ ਮਿਲਿਆ, ਨਾ ਕੋਈ ਸਾਨੂੰ ਸਰਪੰਚ ਪੰਚਾਇਤ ਬੰਨਿਓ, ਨਾ ਹੀ ਸਾਨੂੰ ਕੋਈ ਰਸਕੇ ਜਿਹੜੇ ਰਸਕੇ ਚਲਾਉਣੇ ਅਸੀਂ, ਕੋਈ ਵੀ ਸਾਨੂੰ ਇਹਨਾਂ ਦੀ ਸਹੂਲਤ ਨਹੀਂ ਮਿਲੀ। ਕਿਉਂ ਦਿੱਲੀ ਦੇ ਵਿੱਚ ਸਾਰੀ ਸਹੂਲਤ ਮਿਲੀ ਹੈ ਜੀ ਸਾਨੂੰ, ਇੱਥੇ ਕੋਈ 3 ਮਹੀਨੇ ਹੋ ਗਏ ਸਾਨੂੰ ਕੁਛ ਨਹੀਂ ਮਿਲਿਆ ਜੀ, ਸਭ ਐਂ ਕੋਈ ਜੀ ਕਿਸ਼ਤਾਂ ਭਰਨ ਬੰਨਿਓ, ਕੋਈ ਜੀ ਆਪਦਾ ਕੋਈ ਆਪਦੇ ਜਵਾਕ ਮਸਾਂ ਪਾਲਦਾ, ਪਰ ਸਾਨੂੰ ਇਹਦੇ ਨਾਲ ਕੋਈ ਸਹੂਲਤ ਨਹੀਂ ਮਿਲਦੀ। ਕਿਉਂ ਸਾਨੂੰ ਜਿਹੜੀ ਗੌਰਮੈਂਟ ਆ ਸਾਨੂੰ ਇਹ ਸਹੂਲਤ ਕੋਈ ਥੋੜ੍ਹੀ ਘਣੀ ਦੇਵੇ ਕਿ ਜੈ ਅਸੀਂ ਜੀ ਕਿਸ਼ਤਾਂ ਭਰ ਰੱਖੀਏ ਅਤੇ ਆਪਦੇ ਜਵਾਕ ਪਾਲੀਏ। गिद्दड़बाहा से शक्ति जिंदल की रिपोर्ट। अगर आपने हमारे चैनल को सब्सक्राइब नहीं किया है तो इसे सब्सक्राइब कर लें।